ਕਵਿਤਾ ਦਾ ਵਹਾਅ ਅਤੇ ਤੋਲ ਮਾਪ ਰੱਖਣ ਲਈ ਜਿਹੜੇ ਮੀਟਰ ਬਣਾਏ ਜਾਂਦੇ ਆ ਉਹਨਾਂ ਨੂੰ ਹੀ ਛੰਦ ਕਹਿੰਦੇ ਆ। ਸੰਸਕ੍ਰਿਤ ਦੇ ਵਿੱਚ ਛੰਦਾਂ ਦਾ ਤੋਲ ਅਤੇ ਚਾਲ ਜਿਹੜੀ ਉਹ ਵਰਣਾਂ ਜਾਂ ਲਗਾਂ ਮਾਤਰਾਵਾਂ ਦੀ ਗਿਣਤੀ ਦੇ ਹਿਸਾਬ ਨਾਲ ਬਣਾਇਆ ਜਾਂਦਾ। ਸੋ ਇਸ ਕਰਕੇ ਬੇਸਿਕਲੀ ਛੰਦ ਦੋ ਤਰੀਕੇ ਦੇ ਆ, ਵਰਣਿਕ ਛੰਦ ਅਤੇ ਜਾਤੀ ਛੰਦ। ਪਹਿਲਾਂ ਆਪਾਂ ਦੇਖਦੇ ਹਾਂ ਕਿ ਵਰਣਿਕ ਛੰਦ ਕੀ ਚੀਜ਼ ਆ। ਜਿਹੜੇ ਵਰਣਿਕ ਛੰਦ ਨੇ ਇਹਨਾਂ ਦੇ ਵਿੱਚ ਵਰਣਾਂ ਦੀ ਜਾਂ ਅੱਖਰਾਂ ਦੀ ਹਰ ਇੱਕ ਲਾਈਨ ਦੇ ਵਿੱਚ ਗਿਣਤੀ ਕੀਤੀ ਜਾਂਦੀ ਆ। ਜਿਹੜੇ ਵਰਣਿਕ ਛੰਦ ਆ ਇਹ ਅੱਗੇ ਤਿੰਨ ਤਰ੍ਹਾਂ ਦੇ ਹੁੰਦੇ ਆ, ਸੰਵਿਰਤ, ਅਰਧ ਸੰਵਿਰਤ ਅਤੇ ਵਿਥਮ ਵਿਰਤ। ਸੰਵਿਰਤ ਵਰਣਿਕ ਛੰਦ ਉਹ ਹੁੰਦੇ ਆ ਜਿਹਦੇ ਵਿੱਚ ਹਰ ਇੱਕ ਲਾਈਨ ਦੇ ਵਿੱਚ ਜਿਹੜੀ ਵਰਣਾਂ ਦੀ ਗਿਣਤੀ ਆ ਉਹ ਬਰਾਬਰ ਹੋਵੇ। ਇਹਨਾਂ ਦੀਆਂ 27 ਕਿਸਮਾਂ ਲਿਖੀਆਂ ਗਈਆਂ, 1 ਤੋਂ ਲੈ ਕੇ 26 ਤੱਕ ਇਹਨਾਂ ਦੇ ਨਾਮ ਨੇ, ਜਾਣੀ ਕਿ 1 ਵਰਣ ਦਾ, ਫਿਰ ਛੰਦ, ਫਿਰ 2 ਵਰਣ ਦਾ, 3 ਵਰਣ ਦਾ, 4 ਵਰਣ ਦਾ, ਇੱਦਾਂ 26 ਤੱਕ ਇਹਨਾਂ ਦੇ ਨਾਮ ਨੇ। ਅਤੇ ਜਿਹੜਾ 27 ਵਰਣਾਂ ਦਾ ਛੰਦ ਹੋਵੇ ਜਾਂ 27 ਤੋਂ ਵੱਧ ਹੋਵੇ ਉਹਨੂੰ ਦੰਡਕ ਕਹਿੰਦੇ ਆ। ਅਤੇ ਉਹਦੀਆਂ ਅੱਗੇ 999 ਕਿਸਮਾਂ ਦੱਸੀਆਂ ਗਈਆਂ। ਪਰ ਜਿਹੜੇ ਵੇਦਾਂ ਦੇ ਵਿੱਚ ਮਸ਼ਹੂਰ, ਜਾਣੀ ਕਿ ਵੇਦਾਂ 'ਚ ਸਭ ਤੋਂ ਵੱਧ ਵਰਤੇ ਗਏ ਆ ਅਤੇ ਉਹ ਤੋਂ ਬਾਅਦ ਕਲਾਸੀਕਲ ਲਿਟਰੇਚਰ ਦੇ ਵਿੱਚ ਵੀ ਜਿਹੜੇ 7 ਸੰਵਿਰਤ ਵਰਣਿਕ ਛੰਦ ਵਰਤੇ ਗਏ ਆ ਉਹ ਹੈਗੇ ਆ ਗਾਇਤਰੀ, ਉਸ਼ਣਕ, ਅਨੁਸ਼ਟਭ, ਬਿਰਹਤੀ, ਪੰਕਤੀ, ਤ੍ਰਿਸ਼ਟਭ ਅਤੇ ਜਗਤੀ। ਇਹ 7 ਛੰਦ ਸਾਡੇ ਬਹੁਤ ਵਰਤੇ ਗਏ ਆ ਕਲਾਸੀਕਲ ਲਿਟਰੇਚਰ ਦੇ ਵਿੱਚ। ਅਤੇ ਉਸ ਤੋਂ ਅਗਲੀ ਜਿਹੜੀ ਹੈਗੀ ਆ ਵਰਣਿਕ ਛੰਦਾਂ ਦੀ ਕਿਸਮ ਉਹ ਹੈਗੀ ਆ ਅਰਧ ਸੰਵਿਰਤ। ਅਰਧ ਸੰਵਿਰਤ ਛੰਦ ਦੇ ਵਿੱਚ 1 ਲਾਈਨ ਨੂੰ ਛੱਡ ਕੇ ਦੂਜੀ ਦੇ ਵਿੱਚ ਵਰਣਾਂ ਦੀ ਗਿਣਤੀ ਬਰਾਬਰ ਕੀਤੀ ਜਾਂਦੀ ਆ। ਅਤੇ ਇਸੇ ਤਰੀਕੇ ਨਾਲ ਜਿਹੜੇ ਵਿਥਮ ਵਿਰਤ ਛੰਦ ਹੈਗੇ ਆ ਉਹਨਾਂ ਦੇ ਵਿੱਚ ਹਰ ਇੱਕ ਲਾਈਨ ਦੇ ਵਿੱਚ ਗਿਣਤੀ ਵੱਖ ਵੱਖ ਹੋ ਸਕਦੀ ਆ, ਇਸ ਕਰਕੇ ਉਹਨਾਂ ਦੀਆਂ ਅੱਗੇ ਕੋਈ ਹੋਰ ਕਿਸਮਾਂ ਨਹੀਂ ਹੈਗੀਆਂ। ਇਹ ਤਾਂ ਹੋ ਗਿਆ ਵਰਣਿਕ ਛੰਦ। ਉਸ ਤੋਂ ਅੱਗੇ ਆ ਗਿਆ ਜਾਤੀ ਛੰਦ। ਜਾਤੀ ਛੰਦਾਂ ਦੇ ਵਿੱਚ ਜਿਹੜੀ ਕਵਿਤਾ ਆ ਉਹਦਾ ਤੋਲ ਅਤੇ ਮਾਪ ਦੇਖਿਆ ਜਾਂਦਾ ਮਾਤਰਾ ਦੇ ਹਿਸਾਬ ਨਾਲ। ਅਤੇ ਇਹਦੀਆਂ ਵੀ ਫਿਰ 2 ਕਿਸਮਾਂ ਹੋ ਜਾਂਦੀਆਂ, ਉਹ ਇੱਕ ਹੈਗੀ ਆ ਗਣ ਛੰਦ ਅਤੇ ਇੱਕ ਹੈਗੀ ਆ ਮਾਤਰਿਕ ਛੰਦ। ਜਿਹੜਾ ਗਣ ਛੰਦ ਆ ਉਹਦੇ ਵਿੱਚ ਆਪਾਂ ਮਾਤਰਾਵਾਂ ਦਾ ਹਿਸਾਬ ਤਾਂ ਰੱਖਣਾ ਹੀ, ਪਰ ਕਿਉਂਕਿ ਜਿੱਦਾਂ ਆਪਾਂ ਪਹਿਲਾਂ ਦੇਖਿਆ ਸੀ ਗਣਾਂ ਦੇ ਵਿੱਚ ਕਿ ਹਰ ਇੱਕ ਗਣ ਦਾ ਆਪਣਾ ਆਪਣਾ ਸਿੰਬਲ ਆ, ਹਰ ਇੱਕ ਗਣ ਦੀ ਆਪਣੀ ਆਪਣੀ ਤਰਤੀਬ ਆ, ਅਤੇ ਇਹਦਾ ਮਤਲਬ ਅਸੀਂ ਲਘੂ ਥੱਲੇ ਲਘੂ ਰੱਖਣਾ, ਗੁਰੂ ਥੱਲੇ ਗੁਰੂ ਰੱਖਣਾ, ਇਸ ਕਰਕੇ ਇਹਨਾਂ ਦੀ ਵਰਤੋਂ ਆ ਜਿਹੜੀ ਉਹ ਕਰਨੀ ਬੜੀ ਮੁਸ਼ਕਲ ਹੋ ਜਾਂਦੀ ਆ। ਅਤੇ ਪੰਜਾਬੀ ਦੇ ਵਿੱਚ ਇਹਨਾਂ ਦੀ ਬਿਲਕੁਲ ਵੀ ਅੱਜ ਕੱਲ੍ਹ ਵਰਤੋਂ ਨਹੀਂ ਕੀਤੀ ਜਾਂਦੀ। ਅਤੇ ਜੇ ਕਿਤੇ ਆਪਾਂ ਜਦੋਂ ਕਰਦੇ ਵੀ ਹਾਂ, ਆਪਾਂ ਲਘੂ ਥੱਲੇ ਲਘੂ ਅਤੇ ਗੁਰੂ ਥੱਲੇ ਗੁਰੂ ਤਾਂ ਰੱਖਦੇ ਹੀ ਹਾਂ, ਕਿਉਂਕਿ ਆਪਾਂ ਆਪਣਾ ਲਾਈਨਾਂ ਦੀ ਕਈ ਵਾਰੀ ਇਸ ਤਰੀਕੇ ਨਾਲ ਉਹਨਾਂ ਦਾ ਫਲੋ ਤਾਂ ਬਣਾਉਣਾ ਹੀ ਹਾਂ, ਪਰ ਉਹ ਅਸੀਂ ਕਰਦੇ ਹਾਂ ਅਰੂਜ ਦੇ ਹਿਸਾਬ ਨਾਲ। ਅਰੂਜ ਦੇ ਹਿਸਾਬ ਨਾਲ ਉਹਨੂੰ ਸਮਝਣਾ ਅਤੇ ਸਿੱਖਣਾ ਸੌਖਾ ਆ, ਅਤੇ ਗਣਾਂ ਦੇ ਹਿਸਾਬ ਨਾਲ ਜਿਹੜੇ ਗਾਣੇ ਕਛਾਉਂਦੇ ਆ ਉਹਨਾਂ ਦੇ ਹਿਸਾਬ ਨਾਲ ਉਹਨੂੰ ਰੱਖਣਾ ਔਖਾ ਆ। ਸੋ ਇਸ ਕਰਕੇ ਇਹ ਪ੍ਰਚਲਿਤ ਨਹੀਂ ਹੈਗੇ, ਪਰ ਇਹ ਇੰਨੇ ਕੌਂਪਲੀਕੇਟਡ ਅਤੇ ਇੰਨੇ ਥਿਊਰੀ ਦੇ ਵਿੱਚ ਮਹਾਨ ਛੰਦ ਆ, ਇਹਨਾਂ ਨੂੰ ਪਿੰਗਲ ਸ਼ਾਸਤਰ ਦੇ ਪ੍ਰਾਣ ਕਿਹਾ ਗਿਆ। ਜਿਹੜਾ ਸਾਡਾ ਵੇਦਾਂ ਦਾ ਅਤੇ ਪੁਰਾਣਾ ਸੰਸਕ੍ਰਿਤ ਦਾ ਸਾਹਿਤ ਆ, ਕਵਿਤਾ ਆ, ਉਹ ਤੋਂ ਬਾਅਦ ਇਹਨਾਂ ਦੀ ਵਰਤੋਂ ਨਹੀਂ ਹੋਈ। ਅਤੇ ਜੇ ਕਿਤੇ ਇਹਨਾਂ ਦੀ ਵਰਤੋਂ ਹੋਈ ਆ ਤਾਂ ਦਸਮ ਗ੍ਰੰਥ ਦੇ ਵਿੱਚ ਹੋਈ ਆ, ਅਤੇ ਦਸਮ ਗ੍ਰੰਥ ਦੇ ਵਿੱਚ ਸਾਨੂੰ ਕਈ ਜਿਸ ਤਰੀਕੇ ਨਾਲ ਅਸਤਰ ਅਤੇ ਮਾਲਤੀ, ਚਾਚਰੀ, ਸਮਾਨਕਾ ਵਗੈਰਾ ਜਿਹੜੇ ਗਣੇ ਕਛਾਉਂਦੇ ਆ ਉਹਨਾਂ ਦੀ ਵਰਤੋਂ ਮਿਲਦੀ ਆ, ਪਰ ਅੱਜ ਕੱਲ੍ਹ ਦੀ ਕਵਿਤਾ ਦੇ ਵਿੱਚ ਇਹਨਾਂ ਦੀ ਵਰਤੋਂ ਨਹੀਂ ਹੁੰਦੀ। ਦੂਸਰਾ ਹੈ ਮਾਤ੍ਰਿਕ ਛੰਦ। ਮਾਤ੍ਰਿਕ ਛੰਦਾਂ ਦੀ ਸਭ ਤੋਂ ਵੱਧ ਵਰਤੋਂ ਅੱਜ ਕੱਲ੍ਹ ਕਵਿਤਾ ਪੰਜਾਬੀ ਦੇ ਵਿੱਚ ਹੁੰਦੀ ਆ, ਹਿੰਦੀ 'ਚ ਵੀ ਬਹੁਤੀ ਇਹਨਾਂ ਦੀ ਵਰਤੋਂ ਹੁੰਦੀ ਆ। ਮਾਤ੍ਰਿਕ ਛੰਦਾਂ ਦੇ ਵਿੱਚ ਅਸੀਂ ਕਿਸੇ ਵੀ ਤੁਕ ਦੀਆਂ ਮਾਤਰਾਵਾਂ ਗਿਣਦੇ ਹਾਂ, ਅਤੇ ਜਦੋਂ ਮਾਤਰਾਵਾਂ ਬਰਾਬਰ ਹੋ ਜਾਣ ਤਾਂ ਅਸੀਂ ਕਹਿੰਦੇ ਦੋਨੋਂ ਤੁਕਾਂ ਬਰਾਬਰ ਹੋ ਗਈਆਂ। ਅਤੇ ਮਾਤਰਾਵਾਂ ਆਪਾਂ ਦੇਖੀਆਂ ਸੀ ਕਿ ਇਹ ਗਿਣਨੀਆਂ ਹੈਗੀਆਂ ਆ ਲਘੂ ਅਤੇ ਗੁਰੂ ਦੇ ਹਿਸਾਬ ਨਾਲ। ਅਤੇ ਕਈ ਛੰਦ ਇੱਦਾਂ ਦੇ ਵੀ ਆ ਜਿੱਦਾਂ ਆਪਾਂ ਕਿਹਾ ਸੀ ਪਹਿਲਾਂ ਗੱਲ ਕੀਤੀ ਸੀ ਕਿ ਜਿਨ੍ਹਾਂ ਦੀਆਂ ਮਾਤਰਾਵਾਂ ਤਾਂ ਇੱਕ ਸਮਾਨ ਹੀ ਆ, ਪਰ ਉਹਨਾਂ ਦਾ ਵਿਸ਼ਰਾਮ ਹੋਰ ਥਾਂ ਹੋ ਜਾਂਦਾ ਅਤੇ ਉਹਦੇ ਨਾਲ ਜਿਹੜਾ ਛੰਦ ਦਾ ਨਾਮ ਬਦਲ ਜਾਂਦਾ। ਅਤੇ ਉਹ ਆਪਾਂ ਹੁਣ ਅਸੀਂ ਵਾਰੀ ਵਾਰੀ ਦੇਖਦੇ ਹਾਂ ਇਹਨਾਂ ਸਾਰੇ ਛੰਦਾਂ ਨੂੰ ਕਿ ਕਿਸ ਤਰੀਕੇ ਦੇ ਨਾਲ ਉਦਾਹਰਣਾਂ ਦੇ ਕੇ ਕਿ ਛੰਦਾਂ ਨੂੰ ਆਪਾਂ ਸੈੱਟ ਕਰਨਾ
ਅਤੇ ਕਿਸ ਤਰੀਕੇ ਨਾਲ ਗਹਿਣਾ ਅਤੇ ਕਿਹੜੇ ਕਿਹੜੇ ਪੁਰਾਣੇ ਸਾਡੇ ਛੰਦ ਅੱਜ ਕੱਲ੍ਹ ਪ੍ਰਚਲਿਤ ਹੈਗੇ ਆ।